देव का हजार विक्रम आज ते देव नू नहीं हलिम किन्ने फूड़ा आ जाते पापा की करता की नहीं करता मैं पुत्र इतने बैठा कर रही है चल ठीक है बच्चे चले गए मैं चले गए स्कूल क्लास चले गए पुत्र कल तो फोन ही नहीं आया बेचारे का कल उन्होंने वीडियो कॉल आई असी सुते पे असी नहीं उठाई गई साढ़े तो परसों रात मेरी गल हुई उन्होंने काफी उन्होंने अपनी फ्यूचर प्लानिंग की होनी भविष्य की प्लानिंग की होनी है नहीं ऐदा दी तो कोई गल बात नहीं मैं महीना हो गया ठीक नहीं रही अक्टूबर से छुट्टी आए आ महीने की छुट्टी आए 10 दिन छुट्टी फिर बता ली पूरा महीना बीमार रही मेरे करके आए सी थोड़ी जी मैं ठीक हो गई बस 10 दिन छुट्टी और बता ली उन्होंने हूँ कह रहे सी भी मैं जंप करके फिर आऊंगा परिवार से सब बच्चों जो सबसे ज्यादा कितना प्यार करते सी प्यार सारे नु सब करते सी बेटियां नु बड़ी माड़ी घटना हुई जी बड़ा ही वधिया इंसान सी 15 तरीक नूं छुट्टी कट के गया जी साढ़े नाल ही ग्राउंड ते सारे स्पोर्ट्समैन ही भर्ती होया सी इत्थों जी ते सारे बंदे मिलदे गिलदे ग्राउंड भी बनवा के नाल गया अचानक कल पता लगा भी इस तरह हादसा हो गया जी बड़ा माड़ा होया जी पिंड वास्ते भी ते उन्हां दे परिवार नाल दा घाटा जिन्ना होया कोई पूरा नहीं कर सकदा इकल्ला इकल्ला बेटा सी जां होर वी नहीं जी 6 भरा सी जी अच्छा छे भरा सी तो सारा कुछ ही पढ़ाया लिखाया भी इन्हू ज्यादा है तो फौज भर्ती चलो जिस तरह भी होंदा करके तो सारा घर ही है सिर पर 2 भैणा ही 6 भरा ही किन्ने बच्चे हैं दे 2-3 बच्चे है जी 2 बेटियां 1 बेटा की कहना चाहते केंद्र सरकार पास जिस तरह की इन्होंने इन्होंने एक सर्जिकल स्ट्राइक में अहम रोल अदा किया सी हां जी तो जिस तरह की हम पता लगे कि कल तो और जो जहाज क्रैश हो गया वा हां जी हां जी तो की तुहानू किस तरह संदेश पहुंचा मैनू थाने फोन आया जी इस तरह ताडे पिंड दा वीर आ ते ओ इस तरह हादसे च हो गया पहला ते मैनू आंदे सी दसी ना हाली भी यकीन हो लैंदे भी कन्फर्म हो जाए ते फिर हैना आण के वेख्या इहनां दा विचारां दा मंदा आलिया जी रोई जांदे आ करलाई जांदे आ करदे भी उहनां दे मंदा आलिया जी उहनां दा तां वेख चुके जी परिवार लई किस तरह दी तुसीं सहायता चाहुंदे जी पिंड दे सरपंच हुंदे नाल इहनां दे ਭਰਾ ਨੇ ਜੀ ਪਲੱਸ ਟੂ ਨੇ ਵਨ ਚ ਪੜ੍ਹਦੇ ਨੇ ਛੋਟੇ ਬ੍ਰਦਰ ਉਹਨਾਂ ਦੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਤੇ ਪਰਿਵਾਰ ਨੂੰ ਸਹਾਇਤਾ ਦਿੱਤੀ ਜਾਵੇ ਇੰਨਾ ਵੱਡਾ ਹਿੱਸਾ ਹੋਰ ਕੀ ਹੋ ਸਕਦਾ ਮੈਨੂੰ ਨਾ ਉੱਥੋਂ ਫੋਨ ਆਇਆ ਕੱਲ੍ਹ ਉੱਥੋਂ ਮਤਲਬ ਕੋਈ ਸੀਨੀਅਰ ਅਫਸਰ ਜੀ ਨਾਲ ਆਪਣੇ ਕੋਈ ਉਹਨਾਂ ਦੇ ਨਾਲ ਆਪਣਾ ਇੱਧਰ ਤਾਂ ਪੰਜਾਬ ਦਾ ਮੁੰਡਾ ਜਵਾਨ ਜਿਹਨੇ ਦੱਸਿਆ ਕਿ ਇਸ ਤਰ੍ਹਾਂ ਗੁਰਸੇਵਕ ਸਿੰਘ ਜਿਹੜੇ ਸ਼ਹੀਦ ਹੋ ਗਏ ਹੈਲੀਕਾਪਟਰ ਜਿਹੜਾ ਕਰੈਸ਼ ਹੋਇਆ ਬਹੁਤ ਦੁੱਖ ਲੱਗਾ ਬੜੀ ਮਦਭਾਗੀ ਜਿਹੜੀ ਇਹ ਖਬਰ ਹੈ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਇਹਨਾਂ ਦੇ ਪਿੰਡ ਆਉਣ ਵਾਸਤੇ ਉਹਨਾਂ ਕਿਹਾ ਵੀ ਤੁਸੀਂ ਅਜੇ ਨਾ ਜਾਇਓ ਘਰ ਵਿੱਚ ਮਾਹੌਲ ਵਧੀਆ ਹੋਊਗਾ ਸਵੇਰੇ ਫਿਰ ਮੈਂ ਇੱਧਰ ਆਇਆ ਬੜਾ ਦੁੱਖ ਹੋਇਆ ਦੇਖ ਕੇ ਪਰਿਵਾਰ ਨੂੰ ਨਿੱਕੇ ਨਿੱਕੇ ਬੱਚੇ ਨੇ 3 ਬੱਚੇ ਨੇ ਉਹਨਾਂ ਦੇ ਸਰ ਕਿਸ ਤਰ੍ਹਾਂ ਅਰੇਂਜਮੈਂਟ ਕੀਤੇ ਜਾ ਰਹੇ ਤੁਹਾਡੇ ਵੱਲੋਂ ਬਾਕੀ SSP ਸਾਹਿਬ ਨੂੰ DC ਸਾਹਿਬ ਕੱਲ੍ਹ ਆਉਣਗੇ ਜੀ SSP ਸਾਹਿਬ ਨਾਲ ਗੱਲ ਹੋਊਗੀ ਜੀ ਅਤੇ ਕੋਈ ਸਾਡਾ ਡੈਡ ਬੋਡੀ ਬਾਰੇ ਦੱਸਿਆ ਹੋਵੇ ਡੈਡ ਬੋਡੀ ਕੱਲ੍ਹ ਆਊਗੀ ਜੀ ਕਿਉਂਕਿ ਉਹਨਾਂ ਦੇ ਫਾਦਰ ਨਾਲ ਉਹਨਾਂ ਦਾ DNA ਵਗੈਰਾ ਲੈ ਕੇ ਗਏ ਨੇ ਕੱਲ ਉਹਨਾਂ ਨੇ ਕਿਹਾ ਵੀ ਕੱਲ ਬਟੋਲ ਸਾਡੇ ਗੁਆਂਢੀ ਨੇ ਬਿਲਕੁਲ ਇਹਨਾਂ ਦੇ ਫਾਦਰ ਸਾਹਿਬ ਨਾਲ ਮੇਰਾ ਬਹੁਤ ਨਿੱਜੀ ਪਿਆਰ ਸੀ ਜਦੋਂ ਆਉਣਾ ਉਦੋਂ ਹੀ ਅਸੀਂ ਮਿਲਣਾ ਇੱਥੇ ਦੋਦੇ ਆਉਂਦੇ ਜਾਂਦੇ ਰਹਿਣੇ ਸਾਡੇ ਰਾਹ ਦੇ ਉੱਤੇ ਬਹੁਤ ਨੇਕ ਇਨਸਾਨ ਸੀ ਇਹਨਾਂ ਦੇ ਫਾਦਰ ਸਾਹਿਬ ਔਰ ਲੜਕਾ ਵੀ ਬਹੁਤ ਨੇਕ ਇਨਸਾਨ ਸੀ ਅਤੇ ਛੋਟੀ ਜਿਹੀ ਆਰਜ਼ੀ ਭਰਤੀ ਹੋ ਕੇ ਐਡੇ ਵੱਡੇ ਜਨਰਲ ਦੇ ਨਾਲ ਡਿਊਟੀ ਕਰਨੀ ਮਾਣ ਵਾਲੀ ਗੱਲ ਸੀ ਪਿੰਡ ਨੂੰ ਇਲਾਕੇ ਨੂੰ ਮਾਣ ਵਾਲੀ ਗੱਲ ਸੀ ਔਰ ਬਹੁਤ ਦੁੱਖਦਾਈ ਖਬਰ ਆਈ ਹੈ ਕੱਲ੍ਹ ਜਿਹੜੀ ਉਹਦੇ ਨਾਲ ਜਿਹੜਾ ਇਲਾਕੇ ਦੀ ਬਹੁਤ ਸੋਗ ਦੀ ਅਫਸੋਸ ਦੀ ਲਹਿਰ ਫੈਲਦੀ ਹੈ ਕੀ ਮੰਗ ਕਰਦੇ ਜੋ ਜਿਸ ਤਰ੍ਹਾਂ ਕਿ ਇੱਕ ਫੌਜੀ ਜਵਾਨ ਇੱਕ ਸ਼ਹਾਦਤ ਦਿੰਦੀ ਹੋਈ ਹੈ ਅਤੇ ਤੁਸੀਂ ਕੀ ਮੰਗ ਕਰਦੇ ਪਰਿਵਾਰ ਅਸੀਂ ਕਿਹੋ ਆਉਂਦੇ ਹਾਂ ਵੀ ਇਲਾਕੇ ਦੇ ਵਿੱਚ ਇਸ ਵੀਰ ਦਾ ਜਿਹੜਾ ਨਾਂ ਹੈ ਉਹ ਸਦਾ ਵਾਸਤੇ ਰੋਸ਼ਨ ਰਹੇ ਉਹਦੇ ਨਾਂ 'ਤੇ ਕੋਈ ਖੇਡ ਸਟੇਡੀਅਮ ਬਣੇ ਕੋਈ ਸਕੂਲ ਦਾ ਨਾਂ ਜਿਹੜਾ ਉਹਦੇ ਨਾਂ 'ਤੇ ਰੱਖਿਆ ਜਾਵੇ ਹੋ ਸਕਦਾ ਜਿਹੜੀ ਖਾਲੜੇ ਤੋਂ ਸੜਕ ਆਉਂਦੀ ਆ ਉਹ ਵੀਰ ਗੁਰਸੇਵਕ ਸਿੰਘ ਦੇ ਨਾਂ 'ਤੇ ਬਣੇ ਇਹੋ ਜਿਹੀਆਂ ਜਿਹੜੀਆਂ ਯਾਦਗਾਰਾਂ ਰਹਿਣ ਸਦਾ ਵਾਸਤੇ ਉਹ ਸਾਰੇ ਇਲਾਕੇ 'ਚ ਇੱਕ ਪ੍ਰੇਰਨਾ ਸਰੋਤ ਬਣੇ ਇਸ ਵੀਰ ਨੇ ਜਿਹੜੀ ਉਹ ਇੱਕ ਜਨਰਲ ਸਾਹਿਬ ਦੇ ਨਾਲ ਸ਼ਹਾਦਤ ਪ੍ਰਾਪਤ ਕੀਤੀ ਪਰ ਜਿਹੜੀ ਉਹਨਾਂ ਦੀ ਕੋਈ ਨੌਕਰੀ ਪਰਿਵਾਰ ਨੂੰ ਮਿਲਣੀ ਹਾਂਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਗਾਂ ਬੇਟੀਆਂ ਦਾ ਖਰਚਾ ਜਿਹੜਾ ਪਰਿਵਾਰ ਦਾ ਸਾਰਾ ਪੜ੍ਹਾਈ ਦਾ ਉਹ ਸਾਰਾ ਸਰਕਾਰ ਨੂੰ ਜਿਹੜਾ ਉਹ ਕਰਨਾ ਚਾਹੀਦਾ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹਾਂਜੀ ਪੰਜਾਬ ਸਰਕਾਰ ਤੋਂ ਇਹੋ ਮੰਗ ਕਰਦੇ ਹਾਂ ਵੀ ਜੋ ਵੀ ਜਿਹੜੀ ਗ੍ਰਾਂਟ ਆ ਜਿਸ ਤਰ੍ਹਾਂ ਸੈਂਟਰ ਸਰਕਾਰ ਦਿੰਦੀ ਆ ਉਹੀ ਪੰਜਾਬ ਸਰਕਾਰ ਵੀ ਜਿਹੜੀ ਉਹ ਦੇਵੇ
इन्हों घर की जी माली हालत है तुम वेख चुके बहुत ठीक नहीं गई। उन्होंने मकान रहने वास्ते सारा सिस्टम बना के दे, उन्होंने बच्चों का खर्चा, उन्होंने भरावान जी पंजाब सरकार नौकरियां मिलनी चाहिए।